ਡਾਕਟਰ ਧਰਮਵੀਰ ਗਾਂਧੀ ਨੇ ਵਿਧਾਨ ਸਭਾ ਦੇ ਵਿਚ ਹੋਏ ਹੰਗਾਮੇ ਨੂੰ ਧਾਰਮਿਕ ਰੰਗਤ ਦੇਣ ਨੂੰ ਗਲਤ ਕਰਾਰ ਦਿੱਤਾ। ਡਾਕਟਰ ਗਾਂਧੀ ਦੇ ਅਨੁਸਾਰ ਅਕਾਲੀ ਦਲ ਹੰਗਾਮੇ ਨੂੰ ਧਾਰਮਿਕ ਰੰਗਤ ਦੇਣ ਦੇ ਵਿਚ ਲੱਗਿਆ ਹੋਇਆ। ਸੰਸਦ ਨੇ ਕਿਹਾ ਕਿ ਦਸਤਾਰ ਨੂੰ ਉਤਾਰਨਾ ਅਤੇ ਦਸਤਾਰ ਉਤਰਨ ਦੇ ਵਿਚ ਫਰਕ ਹੁੰਦਾ। ਵਿਧਾਨ ਸਭਾ ਦੇ ਵਿੱਚ ਸਤਰ ਜਿਹੜਾ ਹੈਗਾ ਉਹ ਖਤਮ ਹੋ ਜਾਣਾ ਹੈਗਾ ਅਤੇ ਲਗਾਤਾਰ ਜਿਹੜਾ ਹੈਗਾ ਇਹ ਸਤਰ ਜਿਹੜਾ ਹੈਗਾ ਹੰਗਾਮੇ ਦੀ ਭੇਟ ਹੀ ਚੜਿਆ ਰਿਹਾ ਹੈਗਾ। ਪਹਿਲਾਂ ਤਾਂ ਤੁਸੀਂ ਆਪਣੇ ਵਿਚਾਰ ਦੱਸੋ ਕਿ ਇਹ ਜਿਹੜਾ ਜੋ ਕੁਛ ਹੋ ਰਿਹਾ ਹੰਗਾਮਾ ਹੋ ਰਿਹਾ ਉੱਥੇ ਤੁਹਾਡੀ ਆਪਣੀ ਕੀ ਰਾਏ ਆ? ਦੇਖੋ, ਇਹ ਬੜੀ ਦੁਖਦਾਈ ਗੱਲ ਹੈਗੀ ਹੈ ਕਿ ਸਦਨ, ਚਾਹੇ ਉਹ ਲੋਕ ਸਭਾ ਹੋਵੇ ਚਾਹੇ ਵਿਧਾਨ ਸਭਾ ਹੋਵੇ, ਸਦਨ ਇੱਕ ਅਜਿਹਾ ਫੋਰਮ ਹੈ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਬਿਹਤਰੀ ਵਾਸਤੇ ਸਰਕਾਰੀ ਨੀਤੀਆਂ, ਸਰਕਾਰੀ ਪ੍ਰੋਗਰਾਮ, ਸਰਕਾਰ ਦੀ ਜਿਹੜੇ ਬਜਟ ਹੈਗਾ ਹੈ ਜਾਂ ਜੋ ਸਰਕਾਰ ਦੀ ਪੋਲਿਸੀਜ਼ ਹੈ ਉਹ ਬਹਿਸ ਦੀਆਂ ਲਿਆਉਣੀਆਂ ਹੈਗੀਆਂ, ਸਰਕਾਰ ਨੂੰ ਜਵਾਬਦੇਹ ਬਣਾਉਣੀਆਂ ਹੈਗੀਆਂ ਔਰ ਨੁਕਸ ਕੱਢ ਕੇ ਜਾਂ ਉਹ ਸੁਧਾਰ ਕਰਕੇ ਪੇਸ਼ ਕਰਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨੁਮਾਇੰਦੇ ਹੈ ਉਹ ਸਾਡੇ ਵਾਸਤੇ ਵਿਧਾਨ ਸਭਾ ਜਾ ਕੇ ਕੀ ਕੁਛ ਕਰਦੇ ਹੈ। ਇੱਕ ਅਜਿਹਾ ਫੋਰਮ ਨਿਰਵਿਘਨ ਚੱਲਣਾ ਚਾਹੀਦਾ ਹੈਗਾ, ਚਾਹੇ ਤੁਸੀਂ ਸਿਆਸੀ ਤੌਰ 'ਤੇ ਕਿੰਨੇ ਵੀ ਤਿੱਖੇ ਵਿਰੋਧੀ ਕਿਉਂ ਨਾ ਹੋਣ ਕਿਸੇ ਪਾਰਟੀ ਦੇ, ਚਾਹੇ ਸਰਕਾਰ ਦੇ ਤੁਹਾਡੇ ਕੋਲ ਕਿੰਨੀ ਵੀ ਉਹਦੀ ਸਿਆਸੀ ਮਤਭੇਦ ਕਿਉਂ ਨਾ ਹੋਣ, ਉਹਦੀ ਨੀਤੀਆਂ ਦੇ ਕਿੰਨੇ ਵੀ ਵਿਰੋਧੀ ਕਿਉਂ ਨਾ ਹੋਵੇ, ਪਰ ਇੱਕ ਬਹਿਸ ਦਾ ਮੌਕੇ ਦਾ ਮਾਹੌਲ ਦੇਣਾ ਇੱਕ ਤਾਂ ਸੱਤਾ ਦਾ ਧਾਰੀ ਪਾਰਟੀ ਅਤੇ ਸਪੀਕਰ ਦਾ ਮੇਨ ਫਰਜ਼ ਹੈ ਕਿ ਜਿਹੜੇ ਸਦਨ ਦੀ ਕਾਰਵਾਈ ਨਿਰਵਿਘਨ ਚੱਲੇ, ਮਰਿਆਦਿਤ ਢੰਗ ਨਾਲ ਚੱਲੇ, ਇਹਦੀ ਮੁੱਖ ਜ਼ਿੰਮੇਵਾਰੀ ਹੈਗੀ ਹੈ ਸਪੀਕਰ ਦੇ ਸੱਤਾਧਾਰੀ ਧਿਰ ਦੀ। ਪਰ ਨਾਲ ਦੀ ਨਾਲ ਜਿਹੜੀ ਵਿਰੋਧੀ ਧਿਰ ਹੈਗੀ ਹੈ ਉਹ ਵੀ ਇਸ ਜ਼ਿੰਮੇਵਾਰੀ ਤੋਂ ਫਾਰਗ ਨਹੀਂ ਹੋ ਸਕਦੀ, ਉਹਨਾਂ ਦਾ ਵੀ ਫਰਜ਼ ਹੈਗਾ ਕਿ ਉਹ ਸਹੀ ਗੱਲ 'ਤੇ ਚਾਹੇ ਜਿੰਨੀ ਮਰਜ਼ੀ ਉਹ ਮਤਲਬ ਆਪਣੀ ਤਿੱਖੀ ਬਹਿਸ ਕਰ ਲੈਣ, ਪਰ ਜਿਹੜਾ ਸਦਨ ਦਾ ਅੰਦਰਲਾ ਮਾਹੌਲ ਹੈਗਾ ਹੈ ਉਹ ਘੱਟੋ ਘੱਟ ਬਹਿਸ ਮੁਵਾਸੇ ਵਾਲਾ, ਡਾਇਲੋਗ ਵਾਲਾ, ਸੰਵਾਦ ਵਾਲਾ ਹੋਣਾ ਚਾਹੀਦਾ, ਨਾ ਕਿ ਉਹ ਤੂੰ ਤੂੰ ਮੈਂ ਵਾਲਾ ਜਾਂ ਨਾਅਰੇਬਾਜ਼ੀ ਵਾਲਾ ਜਾਂ ਮਤਲਬ ਉਹਦੇ 'ਚ ਵਿਘਨ ਪਾਉਣ ਵਾਲਾ ਹੋਣਾ ਚਾਹੀਦਾ। ਸੋ ਦੋਹਾਂ 'ਤੇ ਵਿੱਚ ਇਹ ਜੁਆਇੰਟ ਜ਼ਿੰਮੇਵਾਰੀ ਹੈ, ਜੁੜਵੀਂ ਜ਼ਿੰਮੇਵਾਰੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਦਨ ਜਿਹੜਾ ਸਤਰ ਹੈਗਾ ਹੈ ਉਹਦੇ ਇੱਕ ਇੱਕ ਦਿਨ ਇੱਕ ਇੱਕ ਘੰਟਾ ਲੋਕਾਂ ਦੇ ਮੁੱਦਿਆਂ 'ਤੇ ਵਿਸਤਾਰਤ ਬਹਿਸ, ਜੇ ਜਿਸ ਸੰਕਟ 'ਚ ਪੰਜਾਬ ਫਸਿਆ ਹੋਇਆ ਉਸ ਸੰਕਟ 'ਚੋਂ ਕੱਢਣ ਵਾਸਤੇ ਸਰਕਾਰ ਕੀ ਕਹਿੰਦੀ ਹੈਗੀ ਹੈ, ਉਹਨਾਂ ਕੋਲ ਕੀ ਹੱਲ ਪੇਸ਼ ਹੈਗੇ ਹੈ ਜਾਂ ਉਹਨਾਂ ਕੋਲ ਕੀ ਉਹਦੀ ਮਤਬਾਦਲ ਰਾਜਨੀਤੀ ਕੀ ਹੈ, ਮਤਬਾਦਲ ਢੰਗ ਕੀ ਹੈ, ਮਤਬਾਦਲ ਪੋਲਿਸੀ ਕੀ ਹੈ, ਉਹਦੇ ਬਾਰੇ ਬਹਿਸ ਵਾਸਤੇ ਸਾਰੇ ਪੰਜਾਬ 'ਚ ਬਹਿਸ ਜਾਣੀ ਚਾਹੀਦੀ ਹੈਗੀ ਹੈ। ਔਰ ਦੂਜੀ ਜਿਹੜੀ ਸਭ ਤੋਂ ਵੱਡਾ ਪੁਆਇੰਟ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੈਗਾ ਕਿ ਆਮ ਆਦਮੀ ਪਾਰਟੀ ਹੈਗੀ, ਅਕਾਲੀ ਦਲ ਹੈ, ਇਹਨਾਂ ਨੇ ਜੇ ਜੋ ਮਤਲਬ ਜੇ ਜਿੰਨੇ ਵੀ ਇਹ ਬਦਕਿਸਮਤੀ ਨੂੰ ਸਾਰਾ ਕੁਛ ਹੋਇਆ ਹੈਗਾ ਕਿਹਦੀ ਜ਼ਿੰਮੇਵਾਰੀ ਕਿੰਨੀ ਹੈ ਇਹਦੀ ਗੱਲ ਵੀ ਕੀਤੀ ਜਾ ਸਕਦੀ ਹੈਗੀ ਹੈ। ਪਰ ਇੱਕ ਦੇਖੋ ਤੁਸੀਂ ਕਿ ਉਹ ਸਰਕਾਰ ਜਿਹੜੀ ਰਾਣਾ ਗੁਰਜੀਤ ਸਿੰਘ ਦੇ ਕੇਸ ਦੇ ਨੇਤਾ ਸਕੈਮ 'ਚ ਫਸੀ ਬੈਠੀ ਸੀਗੀ, ਉਹ ਸਰਕਾਰ ਜਿਹੜੀ ਕਿਸਾਨਾਂ ਦੇ ਕਰਜ਼ੇ ਬਾਰੇ ਕੋਈ ਸਪਸ਼ਟ ਮਤਲਬ ਬੜੀ ਨਿਗੂਣੀ ਜਿਹੀ ਰਾਹਤ ਦੇ ਕੇ ਆਪਣੇ ਆਪ ਨੂੰ ਬਰੀ ਕਰਨਾ ਚਾਹੁੰਦੀ ਸੀਗੀ, ਉਹ ਸਰਕਾਰ ਜਿਹੜੀ ਕਿ ਬਹੁਤ ਸਾਰੀਆਂ ਗੱਲਾਂ 'ਤੇ ਆਪਣੇ ਵਾਅਦਿਆਂ 'ਤੇ ਅਜੇ ਪਹਿਲਾਂ ਪੱਕਾ ਵੀ ਨਹੀਂ ਪੁੱਟ ਸਕੀ, ਉਹ ਸਰਕਾਰ ਜਿਹੜੀ ਨਸ਼ਿਆਂ ਦੇ ਬਾਰੇ ਜੋ ਕਹਿੰਦੇ ਅਸੀਂ ਖਤਮ ਕਰਾਂਗੇ ਬਿਲਕੁਲ ਫੇਰ ਸਾਬਤ ਹੋਈ ਹੈ, ਉਸ ਸਰਕਾਰ ਨੂੰ ਜੋ ਘੇਰਾਬੰਦੀ ਹੋਣੀ ਸੀਗੀ, ਜੋ ਉਹਦਾ ਕ੍ਰਿਟੀਸਿਜ਼ਮ ਹੋਣਾ ਸੀਗਾ, ਜੋ ਪੰਜਾਬ ਦੇ ਲੋਕਾਂ ਜੀ ਨੂੰ ਬੇਪਰਦ ਕਰਨਾ ਸੀਗਾ ਉਹ ਸਾਰਾ ਕੰਮ ਖਤਮ ਹੋ ਗਿਆ। ਉਹ ਸਾਰਾ ਕੰਮ ਇਹਨਾਂ ਨੂੰ ਮੌਕਾ ਦੇ ਦਿੱਤਾ ਸਰਕਾਰ ਨੂੰ ਕਿ ਉਹ ਸਰਕਾਰ ਆਪਣੇ ਬਿੱਲ ਪਾਸ ਵੀ ਕਰਵਾ ਲੈਣੇ, ਰੂਟ ਮਜੋਰਟੀ ਹੈ ਕਾਂਗਰਸ ਦੀ, ਹੁਣ ਦਿੱਕਤ ਉਹਨਾਂ ਨੂੰ ਕੀ ਹੈ, 70 MLA ਹੈਗੇ ਹੈ। ਸੋ ਉਹ ਸਰਕਾਰ ਬਰੀ ਹੋ ਰਹੀ ਹੈ ਉਸ ਬਹਿਸ ਤੋਂ, ਉਹਨਾਂ ਸਵਾਲਾਂ ਤੋਂ ਜਿਹੜੇ ਲੋਕਾਂ ਦੇ ਨਜ਼ਰੀਏ ਤੋਂ ਇਹ ਸਰਕਾਰ ਦੇ ਕਾਰਕਰਦਗੀ ਦੇ ਇਹਦੀ ਕਾਰਗੁਜ਼ਾਰੀ ਉੱਠਣੀ ਚਾਹੀਦੀ ਸੀ। ਤੁਹਾਨੂੰ ਵੀ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੇ ਵਿਧਾਇਕ ਹੈ, ਨਵੇਂ ਵਿਧਾਇਕ ਹੈ, ਸੱਤਾ 'ਚ ਆਏ ਨੇ, ਵਿਧਾਨ ਸਭਾ 'ਚ ਗਏ ਨੇ, ਕਿਆ ਉਹਨਾਂ ਨੂੰ ਇਹ ਪੂਰੀ ਜਾਣਕਾਰੀ ਨਹੀਂ ਹੈ ਕੀ ਹੈ? ਕਿਉਂਕਿ ਜਦੋਂ ਵੀ ਜਾਂਦੇ ਤਾਂ ਉੱਥੇ ਹੰਗਾਮਾ ਸਟਾਰਟ ਹੋ ਜਾਂਦਾ ਹੈਗਾ ਵਿਧਾਨ ਸਭਾ ਦੇ ਵਿੱਚ, ਕੋਈ ਵੀ ਕੰਮ ਜਿਹੜਾ ਇਸ ਲਈ ਨਹੀਂ ਚੱਲਿਆ ਹੈਗਾ। ਦੇਖੋ, ਇਹ ਬਦਕਿਸਮਤੀ ਵਾਲੀ ਗੱਲ ਹੈਗੀ ਹੈ, ਮੈਂ ਤਾਂ ਸਮਝਦਾ ਕਿ ਜੇ ਜੋ ਵੀ ਹੋ ਰਿਹਾ ਹੈਗਾ ਹੈ ਇਹ 'ਚ
ਹੋ ਕੀ ਰਿਹਾ ਹੈਗਾ? ਇੱਕ ਤਾਂ ਲੋਕਾਂ ਦਾ ਪੈਸਾ ਜਾਇਆ ਹੋ ਰਿਹਾ ਹੈਗਾ, ਜਿਹੜਾ ਕਿ ਲੋਕਾਂ ਦਾ ਹੀ ਪੈਸਾ ਵਿਧਾਨ ਸਭਾ ਦੇ ਖਰਚ ਹੁੰਦਾ ਹੈਗਾ। ਦੂਜਾ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਆ, ਜਿਹੜੇ ਬਹਿਸ ਜੀਣ ਆਉਣੇ ਚਾਹੀਦੇ ਸੀ, ਸਰਕਾਰ ਦੀ ਨੀਤੀਆਂ ਪਿਛਲੇ ਸਾਲ ਦੀ ਪਿਛਲੇ ਤਿੰਨ ਮਹੀਨੇ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ, ਉਦੋਂ ਸਰਕਾਰ ਨੂੰ ਬਰੀ ਕੀਤਾ ਜਾ ਰਿਹਾ, ਸਰਕਾਰ ਪਾਸੇ ਨਿਕਲ ਰਹੀ ਹੈ। ਉਹਨਾਂ ਵਾਸਤੇ ਕਾਂਗਰਸ ਵਾਸਤੇ ਸੁਨਹਿਰੀ ਮੌਕਾ ਹੈ ਕਿ ਆਪਣੇ ਬਿੱਲ ਪੇਸ਼ ਕਰੋ, ਬਿੱਲ ਪੇਸ਼ ਕਰਾਓ, ਜੇ ਬਾਹਰ ਰਹਿੰਦੇ ਬਾਹਰ ਰਹੋ। ਬਾਈਕਟ ਕਰਕੇ ਦੇ ਆਰ ਹੈਲਪਿੰਗ ਕਾਂਗਰਸ, ਦੇ ਆਰ ਹੈਲਪਿੰਗ ਦਾ ਗੌਰਮੈਂਟ। ਸੋ ਇਸ ਕਰਕੇ ਚਾਹੀਦਾ, ਦੋਨਾਂ ਅਕਾਲੀਆਂ ਨੂੰ ਵੀ ਚਾਹੀਦਾ ਤੇ ਆਪ ਨੂੰ ਵੀ ਚਾਹੀਦਾ ਕਿ ਸਦਨ ਅੰਦਰ ਅਜਿਹਾ ਮਾਹੌਲ ਬਣਾ ਕੇ ਰੱਖਣ ਤਾਂ ਜੋ ਸਰਕਾਰ ਦੀ ਘੇਰਾਬੰਦੀ ਹੋ ਸਕੇ, ਸਰਕਾਰ ਨੂੰ ਸਵਾਲ ਪੁੱਛੇ ਜਾ ਸਕਣ, ਬਜਟ ਡਿਸਕਸ ਹੋ ਸਕੇ, ਕਿਸਾਨੀ ਦੇ ਮੁੱਦੇ ਡਿਸਕਸ ਹੋ ਸਕਣ, ਨਸ਼ੇ ਡਿਸਕਸ ਹੋ ਸਕਣ, ਔਰ ਖਾਸ ਤੌਰ 'ਤੇ ਜਿਹੜਾ ਸਕੈਂਡਲ ਰੇਤਾ ਜੋ ਸਕੈਮ ਹੋਇਆ ਹੈਗਾ, ਜਿਹ ਰਾਣਾ ਗੁਰਜੀਤ ਸਿੰਘ ਮੁੱਖ ਦੋਸ਼ੀ ਹੈਗਾ, ਜਿਹਨੇ ਆਪਣੇ ਇੱਕ ਨੌਕਰ ਨੂੰ 40 ਕਰੋੜ ਦੇ ਠੇਕੇ ਦਵਾਤੇ, ਜਿਹੜਾ ਕਿ ਈਡੀ ਕੋਲ ਜਾਣਾ ਚਾਹੀਦਾ, ਇਨਕਮ ਟੈਕਸ ਕੋਲ ਜਾਣਾ ਚਾਹੀਦਾ ਹੈਗਾ, ਜਿਹੜਾ ਕਿ ਜਿਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ, ਜਿਹਦੀ ਅੱਖਾਂ ਪੂੰਝਣ ਵਾਸਤੇ ਇਹਨਾਂ ਨੇ ਇੱਕ ਰਸਮੀ ਤੌਰ 'ਤੇ ਇੱਕ ਕਮਿਸ਼ਨ ਬਿਠਾ ਦਿੱਤਾ ਹੈਗਾ, ਜਿਹਦੇ ਵਿੱਚ ਕੁਛ ਨਿਕਲਣ ਵਾਲਾ ਮੇਰੇ ਮੁਤਾਬਕ ਹੈ ਨਹੀਂ ਹੈ, ਨਿਕਲਾ ਵੀ ਚੰਗੀ ਗੱਲ ਹੈਗੀ ਹੈ। ਸੋ ਇਸ ਕਰਕੇ ਜਿਹੜੀ ਇੰਨੇ ਵੱਡੇ ਵੱਡੇ ਸਵਾਲ ਸੀ ਸਰਕਾਰ ਦੇ ਤੇ ਉੱਤੇ, ਜੋ 3 ਮਹੀਨੇ ਦੀ ਕਾਰਗੁਜ਼ਾਰੀ ਜੋ ਪੜਚੋਲ ਦੀ ਨਾਣੀ ਸੀਗੀ, ਉਹ ਮੌਕਾ ਗਵਾਈ ਜਾ ਰਹੇ ਨੇ, ਔਰ ਇੱਕ ਇੱਕ ਦਿਨ ਜਿਹੜਾ ਜਾ ਰਿਹਾ ਹੈਗਾ ਉਹ ਲੋਕਾਂ ਦੇ ਨਜ਼ਰੀਏ ਤੋਂ ਉਹ ਬੜਾ ਹਾਨੀ, ਮਤਲਬ ਬੜਾ ਮਾੜਾ ਹੈਗਾ ਆ, ਔਰ ਸਰਕਾਰ ਦੇ ਨਜ਼ਰੀਏ ਤੋਂ ਮੈਨੂੰ ਲੱਗਦਾ ਉਹ ਚੰਗਾ ਹੈਗਾ, ਉਹਨਾਂ ਉਹ ਬਰੀ ਹੋ ਰਹੇ ਨੇ। ਕੱਲ੍ਹ ਮਾਰਸ਼ਲਾਂ ਵੱਲੋਂ ਜਿਹੜਾ ਪੱਗ ਉਤਾਰਨ ਦੀ ਜਿਹੜੀ ਇੱਕ ਦੇਖਿਆ ਉੱਥੇ, ਮਾਰਸ਼ਲਾਂ ਨੇ ਧੱਕਾ ਮੁੱਕ ਦੇ ਵਿੱਚ ਇੱਕ ਵਿਧਾਇਕ ਨਿਰਮਲ ਸਿੰਘ ਹੈਗਾ, ਕਰਮਲ ਸਿੰਘ ਹੈਗਾ, ਉਹਦੀ ਪੱਗ ਉਤਰੀ, ਬੀਬੀਆਂ ਦੀ ਜਿਹੜੀ ਹੈਗੀ ਆ ਉੱਥੇ ਵੀ ਸੱਟਾਂ ਵੱਜੀਆਂ, ਤੁਸੀਂ ਇਸ ਘਟਨਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੈਗੇ? ਦੇਖੋ ਉਹਦੇ 'ਚ ਇਹ ਹੈ ਕਿ ਮਿਲਦੀ ਗੱਲ ਤਾਂ ਹੈ ਕਿ ਮੈਂ ਨਾ ਪੱਗ ਉਤਾਰਨਾ ਅਤੇ ਪੱਗ ਉਤਰਨਾ, ਮੈਂ ਦੋਨਾਂ 'ਚ ਫਰਕ ਮਹਿਸੂਸ ਕਰਦਾ ਹੈ। ਪੱਗ ਉਤਾਰਨਾ ਹੁੰਦਾ ਕਿ ਤੁਸੀਂ ਮਿਥ ਕੇ ਉਹਦੀ ਜਿਹੜੀ ਧਾਰਮਿਕ ਚਿੰਨ੍ਹ ਹੈਗੀ ਹੈ ਉਹਦੀ ਹੱਤ ਕਰਨੀ ਹੈਗੀ ਹੈ, ਔਰ ਮਿਥ ਕੇ ਉਤਾਰਨੀ ਹੈਗੀ। ਪੱਗ ਉਤਰਨਾ ਹੁੰਦਾ ਕਿ ਜਿਹੜੀ ਤੁਸੀਂ ਉਹਨਾਂ ਨੂੰ ਬਾਹਰ ਧੱਕ ਰਹੇ ਹਾਂ ਜਾਂ ਉਹਨਾਂ ਨਾਲ ਜ਼ਬਰਦਸਤੀ ਕਰ ਰਹੇ ਹਾਂ, ਇਸ ਗੱਲ 'ਤੇ ਡਿਬੇਟ ਹੋ ਸਕਦੀ ਹੈ ਕਿ ਆਰਾਮ ਨਾਲ ਕਰਨਾ ਚਾਹੀਦਾ ਜਾਂ ਮਤਲਬ ਉਹਨਾਂ ਨੂੰ ਪਰਸੂਏਡ ਕਰਕੇ ਮਨ ਮਨੌਤ ਕਰਕੇ ਬਾਹਰ ਭੇਜਣਾ ਚਾਹੀਦਾ ਹੈਗਾ, ਧੱਕ ਮਤਲਬ ਮੈਨ ਹੈਂਡਲ ਨਹੀਂ ਕਰਨਾ ਚਾਹੀਦਾ, ਇਸ ਗੱਲ 'ਚ ਆਪਣੀ ਕੋਈ ਕਿਸ ਫਰਕ ਹੋ ਸਕਦਾ। ਪਰ ਇਹ ਕਹਿੰਦਾ ਕਿ ਪੱਗਾਂ ਉਤਾਰੀਆਂ ਗਈਆਂ, ਮੈਂ ਕਹਿੰਦਾ ਪੱਗਾਂ ਉੱਤਰ ਗਈਆਂ ਉੱਥੇ ਉਸ ਭੱਜ ਦੌੜ 'ਚ, ਉਸ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਕਫਲ 'ਚ ਅੰਗਰੇਜ਼ੀ ਸ਼ਬਦ ਹੈਗਾ, ਉਹਦੇ 'ਚ ਪੱਗਾਂ ਉਤਰੀਆਂ ਹੈਗੀਆਂ, ਪੱਗਾਂ ਉਤਾਰੀਆਂ ਨਹੀਂ ਗਈਆਂ। ਸੋ ਇਹ ਖਾਮ ਖਾਹ ਜਿਹੜੇ ਧਾਰਮਿਕ ਜਜ਼ਬਾਤ ਬਣਾਉਣੇ ਹੈ, ਭੜਕਾਉਣੇ ਹੈਗੇ ਆ, ਖਾਮ ਖਾਹ ਨੂੰ ਧਾਰਮਿਕ ਮੁੱਦਾ ਬਣਾਉਣਾ ਹੈਗਾ ਔਰ ਅਕਾਲ ਤਖ਼ਤ ਤੱਕ ਲੈ ਕੇ ਜਾਣਾ ਹੈਗਾ, ਇਹ ਐਕਸਟੈਂਸ਼ਨ ਹੈਗੀ ਹੈ, ਇਹ ਵਾਧੂ ਗੱਲ ਹੈਗੀ ਹੈ, ਬਿਲਕੁਲ ਨਹੀਂ ਹੈਗੀ ਹੈ। ਕਿਸੇ ਵੀ ਮਾਰਸ਼ਲ ਨੇ ਜਾਂ ਕਿਸੇ ਵੀ ਸਰਕਾਰ ਦਾ ਮਨਸ਼ਾ ਨਹੀਂ ਸੀਗਾ ਕਿ ਇਹਦੀ ਪੱਗਾਂ ਉਤਾਰੀਆਂ ਜਾਣ ਆਮ ਆਦਮੀ ਪਾਰਟੀ ਮੈਂਬਰਾਂ ਦੀਆਂ। ਪੱਗ ਉਤਰੀ ਹੈ, ਮਾੜੀ ਗੱਲ ਹੈਗੀ ਹੈ, ਨਹੀਂ ਉਹ ਵੀ ਹੋਣਾ ਚਾਹੀਦਾ ਸੀਗਾ, ਪਰ ਇਹਨੂੰ ਇਹ ਧਾਰਮਿਕ ਰੰਗਤ ਦੇਣੀ, ਇਹ ਬਿਲਕੁਲ ਪੰਜਾਬ ਵਾਸਤੇ ਔਰ ਪੰਜਾਬ ਵਰਗੀ ਸੈਂਸਿਟਿਵ ਸਟੇਟ ਵਾਸਤੇ, ਜਿੱਥੇ ਪਹਿਲਾਂ ਹੀ ਬਹੁਤ ਕੁਛ ਆਪਾਂ ਹੰਢਾ ਚੁੱਕੇ ਹੈਗੇ, ਇਹ ਅਕਾਲੀਆਂ ਨੂੰ ਪੱਤਾ ਨਹੀਂ ਖੇਡਣਾ ਚਾਹੀਦਾ, ਆਮ ਆਦਮੀ ਪਾਰਟੀ ਨੂੰ ਵੀ ਇਹ ਧਰਮ ਦਾ ਪੱਤਾ ਨਹੀਂ ਖੇਡਣਾ ਚਾਹੀਦਾ, ਮੇਰੀ ਜ਼ੋਰਦਾਰ ਤਾਕੀਦ ਹੈ ਉਹਨਾਂ ਨੂੰ। ਠੀਕ ਹੈ ਜੀ, ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।